जे इन्हां दी कुटमार हो गई होंगी ना ये दोबारा मुड़ के नहीं आते, जे कुटमार तो बच के चले गए ताही दोबारा आए हैं। कह के सानू टाइम रख के आण, जिहड़ा हुण नारेबाजी भी करता गया जे ओह चिद्दा मैं उहदे दो मीटिंगां पट के दिखावे। जिन्ना चिरे साडे कानून नहीं रद्द होंगे ਦੀ ਪੰਜਾਬ ਜਨ ਦਾ ਕੋਈ ਫਸਲ ਨਹੀਂ ਹੋਣ ਦੇਣਾ, ਕੋਈ ਨਹੀਂ ਦੇਣੀ ਉਹਨਾਂ ਦੀ। ਇਹਨਾਂ ਨੇ ਜਿਹੜਾ ਜ਼ੋਰ ਲਾਉਣਾ ਲੱਗ ਪਈ ਦੇਖੋ ਕੁੱਟਮਾਰ ਦਾ ਤੁਸੀਂ ਲਫ਼ਜ਼ ਬੰਦ ਗਲਤ ਵਰਤਦੇ ਹੋ। ਜੇ ਇਹਨਾਂ ਦੀ ਕੁੱਟਮਾਰ ਹੋ ਗਈ ਹੁੰਦੀ ਨਾ ਇਹ ਦੁਬਾਰਾ ਮੁੜ ਕੇ ਨਹੀਂ ਸੀ ਆਉਂਦੇ, ਇਹ ਜੇ ਕੁੱਟਮਾਰ ਤੋਂ ਬਚ ਕੇ ਚਲੇ ਗਏ ਤਾਂ ਹੀ ਦੁਬਾਰਾ ਆਏ ਆ। ਆਏ ਕੁੱਟ ਖਾਣ ਆਏ ਹੁਣ, ਜਿੰਨਾ ਜਿਹਨਾਂ ਦੀ ਕੁੱਟ ਨਹੀਂ ਨਾ ਹੁੰਦੇ ਡਰ ਨਹੀਂ ਬੈਠਾ ਇਹਨਾਂ ਨੇ। ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਆ ਇਹ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਵੀ ਬੀਜੇਪੀ ਦੇ ਜਿਹੜੇ ਬੀਜੇਪੀ ਦਾ ਕੋਈ ਫੰਕਸ਼ਨ ਆ ਕੋਈ ਆਗੂ ਉਹਨਾਂ ਦੀ ਮੀਟਿੰਗ ਕਰਦਾ ਹੈ, ਕਿਸਾਨ ਮੋਰਚੇ ਵੱਲੋਂ ਤਾਂ ਵਿਰੋਧ ਕਰਨ ਦਾ ਹੁਕਮ ਆਇਆ ਵਾ, ਅਸੀਂ ਉਹਦੇ ਤਹਿਤ ਨਾ ਕਿ ਭੁਪੇਸ਼ ਅਗਰਵਾਲ ਦਾ, ਸਾਨੂੰ ਭੁਪੇਸ਼ ਅਗਰਵਾਲ ਦਾ ਜਾਤੀ ਕੋਈ ਦੁਸ਼ਮਣੀ ਨਹੀਂ, ਅਸੀਂ ਇੱਕ ਪਾਰਟੀ ਦੇ ਤੌਰ 'ਤੇ ਉਹਦਾ ਵਿਰੋਧ ਕਰਦੇ ਹਾਂ ਔਰ ਵਿਰੋਧ ਕਰਿਆ ਉਹਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਿਆ। ਜਿਹੜੀ ਤੁਸੀਂ ਗੱਲ ਕਰਦੇ ਹੋ ਕਟਾਈ ਵਾਲੀ, ਇਹ ਮੈਂ ਕਹਿੰਦਾ ਸਾਡੇ ਭਾਈਆਂ ਨੇ ਇਹਨਾਂ ਨੇ ਗਲਤੀ ਕਰ ਲਈ, ਜੇ ਜਦੇ ਪਰਾਂ ਹਾਰ ਜਾਂਦੇ ਸੀ ਉਹਨਾਂ ਦੀ ਕਟਾਈ ਕਰਦੇ ਮੁੜ ਕੇ ਆਉਂਦੇ ਨਹੀਂ ਸੀ ਉਹ। ਬੀਜੇਪੀ ਆਗੂਆਂ ਦਾ ਕਹਿਣਾ ਹੈ ਜੀ, ਹਾਂਜੀ, ਠੀਕ ਹੈ, ਕਈ ਚੈਨਲਾਂ ਤੇ ਖਬਰ ਚੱਲ ਰਹੀ ਹੈ ਉਹਦੇ 'ਚ ਕੁੱਟਮਾਰ ਦੀ। ਬੀਜੇਪੀਆਂ ਦਾ ਤੁਹਾਨੂੰ ਪਤਾ ਇਹਨਾਂ ਦਾ ਕਿੰਨਾ ਸੱਚ ਬੋਲਦੇ, ਇੱਕ ਮਿੰਟ ਕਿੰਨਾ ਸੱਚ ਬੋਲਦੇ ਆ। ਇਹਨਾਂ ਦੇ ਲੀਡਰ ਨੇ ਕਿਹਾ ਮੈਂ 15-15 ਲੱਖ ਰੁਪਏ ਇਕੱਲੇ ਬਿਲਡਰ ਦੇ ਖਾਤੇ ਜਾਊਗਾ, ਕਿੰਨੇ ਪੈਸੇ ਆਏ ਆ? ਫਿਰ ਐਮਐਸਪੀ ਦਾ ਵਾਅਦਾ ਕਰਕੇ ਗਿਆ ਲੋਕਾਂ ਨਾਲ, ਉਹ ਆ ਗਿਆ। ਇਹ ਤਾਂ ਝੂਠ ਬੋਲਣ ਵਾਲੀ ਸਰਕਾਰ ਆ, ਝੂਠ ਬੋਲ ਕੇ ਹੀ ਇਹ ਕਰਦੀ ਆ। ਦੇਖੋ ਉਹ ਸਾਡਾ ਕੋਈ ਫੈਸਲਾ ਨਹੀਂ ਹੈਗਾ, ਉਹ ਸਿਆਸੀ ਪਾਰਟੀਆਂ ਨੂੰ ਆਪ ਡਰ ਹੋ ਗਿਆ ਉਹਨਾਂ ਦੇ ਆਪਣੇ ਕੰਮਾਂ ਨੂੰ ਦੇਖ ਕੇ ਵੀ ਅਸੀਂ ਕਿਸਾਨਾਂ ਵਾਸਤੇ ਕਿਆ ਕਰਿਆ, ਇਸੇ ਕਰਕੇ ਨਹੀਂ ਡਰਦੀ ਫਿਰਦੀਆਂ। ਬਾਕੀ ਸਾਡਾ ਕਿਸਾਨ ਮੋਰਚੇ ਦਾ ਹੋਰ ਕਿ ਬੀਜੇਪੀ ਨੂੰ ਛੱਡ ਕੇ ਕਿਸੇ ਪਾਰਟੀ ਦਾ ਸਾਡੇ ਕੋਲ ਵਿਰੋਧ ਨਹੀਂ ਹੈਗਾ, ਨਾ ਉਹਨਾਂ ਦਾ ਕੋਈ ਸਾਨੂੰ ਹੁਕਮ ਹੈ, ਸਿਰਫ ਬੀਜੇਪੀ ਦਾ ਵਿਰੋਧ ਕਰਨਾ ਹੈ ਔਰ ਇਹਨਾਂ ਦਾ ਵਿਰੋਧ ਕਰਦਾ ਰਹਾਂਗੇ ਜਿੰਨਾ ਚਿਰ ਸਾਡੇ ਕਾਨੂੰਨ ਨਹੀਂ ਰੱਦ ਹੁੰਦੇ। ਅਸੀਂ ਪੰਜਾਬ 'ਚ ਇਹਨਾਂ ਦਾ ਕੋਈ ਫੰਕਸ਼ਨ ਨਹੀਂ ਹੋਣ ਦੇਣਾ, ਕੋਈ ਮੀਟਿੰਗ ਨਹੀਂ ਹੋਣ ਦੇਣੀ, ਇਹਨਾਂ ਨੇ ਜਿਹੜਾ ਜ਼ੋਰ ਲਾਉਣਾ ਲੱਗ ਕੇ ਦੇਣਾ। ਜਿਹੜੀ ਡਰਾਮੇਬਾਜ਼ੀ ਹੁਣ ਕਰਨ ਲੱਗੇ ਹੋਏ ਨੇ, ਇੰਨਾ ਵਿਰੋਧ ਹੋਣ ਤੋਂ ਬਾਅਦ ਇਹ ਫਿਰ ਦੁਬਾਰਾ ਮੀਟਿੰਗ ਹੋ ਰਹੀ ਹੈ, ਕੀ ਮਤਲਬ? ਇਹ ਇਹਨਾਂ ਦੀ ਬੇਸ਼ਰਮੀ ਦੀ ਗੱਲ ਆ। ਇਹ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਇਹ ਪੰਜਾਬ ਦਾ ਮਾਹੌਲ ਖਰਾਬ ਆਪ ਕਰ ਰਹੇ ਆ। ਕਹਿੰਦੇ ਆ ਕਿਸਾਨਾਂ ਨੂੰ ਜਦੋਂ ਇਹ ਸੁੱਖ ਸੰਦ ਨਾਲ ਆਪਣੇ ਘਰਾਂ ਵੱਗ ਗਏ ਤਾਂ ਹੁਣ ਇਹਨਾਂ ਨੂੰ ਕਿਆ ਲੋੜ ਸੀ? ਹੁਣ ਇਹ ਤਾਂ ਹੀ ਦਿਖਾਉਣਾ ਆ ਆਪਣੀ ਬਦਮਾਸ਼ੀ ਦਿਖਾਉਣਾ ਆ ਵੀ ਅਸੀਂ ਡਰਦੇ ਨਹੀਂ ਤੁਹਾਨੂੰ, ਬਦਮਾਸ਼ੀ ਕਰ ਰਹੇ ਨੇ। ਇਹ ਆ ਜਿਹੜਾ ਭੁਪੇਸ਼ ਅਗਰਵਾਲ ਹੁਣ ਅਗਰਵਾਲ ਲੱਗਿਆ ਹੋਇਆ ਕਰਨ ਵੀ ਮੈਨੂੰ ਕੁੱਟਿਆ ਕਰਿਆ, ਕਿੱਥੇ ਵੀਡੀਓ ਦਿਖਾਵੇ ਕਿੱਥੇ ਕੁੱਟਿਆ, ਸਿਰਫ ਡਰਾਮੇ ਕਰਨ ਲੱਗਿਆ। ਮੈਂ ਸਿਕਿਉਰਿਟੀ ਲਵਾਂ ਪਹਿਲਾਂ ਵੀ ਇਹਨਾਂ ਡਰਾਮੇ ਵਜੇ ਕਰਕੇ ਕਰਦੇ ਆ ਸਾਰਾ ਕੁਛ, ਠੀਕ ਹੈ? ਜੇ ਇਹਨਾਂ ਨੂੰ ਕਿਸਾਨਾਂ ਸਾਡਾ ਪੰਜਾਬ ਨਾਲ ਇੰਨਾ ਹਮਦਰਦੀ ਹੈ, ਕਰਨ ਸਾਡੇ 3-4 ਕਾਨੂੰਨ ਰੱਦ ਕਰਾ ਦੇਣ, ਕਿਉਂ ਨਹੀਂ ਕਰਾਉਂਦੇ 4 ਕਾਨੂੰਨ ਰੱਦ? ਜਦੋਂ ਅਸੀਂ ਸ਼ਾਂਤੀਪੂਰਕ ਵਿਰੋਧ ਕਰ ਰਹੇ ਸੀ ਤੇ ਇਹਨਾਂ ਦੇ ਪਿੱਛੇ ਨਾਰੇਬਾਜ਼ੀ ਕਰ ਰਹੇ ਸੀ ਤਾਂ ਭੁਪੇਸ਼ ਅਗਰਵਾਲ ਦੇ ਗਨਮੈਨ ਨੇ ਸਾਡੇ ਇੱਕ ਵਰਕਰ ਤੇ ਪਿਸਤੌਲ ਤਾਣ ਕੇ ਕਿਹਾ ਵੀ ਤੈਨੂੰ ਗੋਲੀ ਮਾਰ ਦਿਆਂਗਾ ਨਹੀਂ ਤਾਂ ਪਿੱਛੇ ਹਟ ਜਾ। ਦੁਸ਼ਮਣੀ ਨਹੀਂ ਹੈ ਬੀਜੇਪੀ ਦੀ ਵਿਚਾਰਧਾਰਾ ਨਾਲ ਦੁਸ਼ਮਣੀ ਹੈ। ਅਸੀਂ ਇਹਨਾਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਭਾਈ ਹੋ ਸਾਡੇ, ਸਾਡਾ ਖੂਨ ਹੈ। ਮੈਂ ਉੱਥੇ ਇਹਨੂੰ ਲਾਂਤਾਂ ਪਾਈਆਂ, ਇਹਨਾਂ ਨੇ ਹੱਥ ਜੋੜਿਆ ਸਾਡੇ ਅੱਗੇ ਵੀ ਹਾਂ ਅਸੀਂ ਪੰਜਾਬੀ ਹਾਂ ਤੁਹਾਡੇ ਨਾਲ ਖੜੇ ਹਾਂ। ਪਰ ਇਹ ਜਿਹੜੇ ਹੈ ਮੁੜ ਉਹੀ ਗੱਲ ਹੈ, ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਦਿਨ ਵਿੱਚ 58 ਵਾਰੀ ਝੂਠ ਬੋਲਦਾ, ਉਹ ਪਾਰਟੀ ਦੇਖੋ ਕਿੰਨਾ ਝੂਠ ਬੋਲਦੀ ਹੋਏਗੀ। ਉੱਥੋਂ ਤਾਂ ਇਹ ਮਾਫੀਆਂ ਮੰਗ ਕੇ ਛੁੱਟ ਕੇ ਗਏ ਹੈ, ਇੱਥੇ ਆ ਕੇ ਕਹਿ ਰਹੇ ਹਾਂ ਕਿ ਕਿਸਾਨਾਂ ਨੇ ਸਾਨੂੰ ਕੁੱਟਿਆ ਹੈ। ਪ੍ਰਸ਼ਾਸਨ ਨੇ ਇਹਨਾਂ ਨੂੰ ਬਾਇੱਜ਼ਤ ਉੱਥੋਂ ਕੱਢਿਆ ਹੈ। ਅਗਰ ਪ੍ਰਸ਼ਾਸਨ ਇਹਨਾਂ ਦਾ ਸਾਥ ਨਾ ਦਿੰਦਾ ਤਾਂ ਜਿਹੜੀ ਇਹ ਗੱਲ ਇੱਥੇ ਕਰ ਰਹੇ ਹਾਂ ਇਹਨਾਂ ਤਮੰਨਾ ਅਸੀਂ ਪੂਰੀ ਕਰ ਦਿੰਦੇ। ਅੱਜ ਸਵੇਰੇ ਜਦੋਂ ਇਹਨਾਂ ਨਾਲ ਹੋ ਰਹੀ ਸੀ ਉੱਥੇ, ਉਹਨਾਂ ਨੂੰ ਕਿਹਾ ਤਾ ਵੀ ਇੱਥੇ ਨਾ ਮੀਟਿੰਗਾਂ ਕਰੋ ਜਦ ਤੱਕ ਸਾਡਾ ਉੱਥੇ ਉਹ ਚੱਲ ਰਿਹਾ। ਬੀਜੇਪੀ ਵਾਲਿਆਂ ਨੂੰ ਪਿਆਰ ਨਾਲ ਲੋਕਾਂ ਨੇ ਸਮਝਾਇਆ, ਉਹਨਾਂ ਨੇ ਜਾਣ ਪੁੱਛ ਕੇ ਇੱਥੇ ਲਾਇਨ ਕਲੱਬ 'ਚ ਦੁਬਾਰਾ ਮੀਟਿੰਗ ਰੱਖੀ ਹੈ ਕਿ ਬੱਚਿਆਂ ਨੂੰ ਭੜਕਾਉਣ ਵਾਸਤੇ। ਅਗਰ ਕੋਈ ਝਗੜਾ ਹੋ ਜਾਂਦਾ ਤਾਂ ਬੀਜੇਪੀ ਜ਼ਿੰਮੇਵਾਰ ਹੋਊਗੀ। ਜਦ ਇਹਨਾਂ ਨੂੰ ਕਿਹਾ ਵੀ ਪੰਜਾਬ ਦਾ ਮਾਹੌਲ ਖਰਾਬ ਹੈ ਤੁਸੀਂ ਨਾ ਪੰਗੇ ਕਰੋ, ਇਹ ਜਾਣ ਪੁੱਛ ਕੇ ਹੁਣ ਦੁਬਾਰਾ ਮੀਟਿੰਗ ਇੱਥੇ ਰੱਖੀ ਗਈ ਹੈ। ਇਹਦੇ ਕਰਕੇ ਨਹੀਂ, ਕੋਈ 500 ਕਿਸਾਨਾਂ ਨੇ ਮਕਾਮਲਾ ਨਹੀਂ ਕੀਤਾ, ਇਹੀ ਮੁੰਡੇ ਰਾਜਪੁਰੇ ਦੇਖ ਦਿਓ, ਜੇ 500 ਅਸੀਂ ਇਕੱਠਾ ਕਰਨਾ ਹੁੰਦਾ ਹੁਣ ਕਰ ਲੈਂਦੇ ਜੇ ਸਾਨੂੰ ਪਤਾ ਸੀ। ਇਹਦੇ ਕਰਕੇ ਨਹੀਂ ਨਹੀਂ ਕੋਈ ਪਾਰਟੀ ਰਾਜਨੀਤੀ, ਮੈਂ ਮਨਜੀਤ ਸਿੰਘ ਖੜਾ, ਮੈਂ ਪਹਿਲਾਂ ਕਾਂਗਰਸ ਸੀਗਾ ਪਰ ਹੁਣ ਮੈਂ ਕਿਸਾਨੀ ਜਾਂ ਕੋਈ ਕਿਸੇ ਪਾਰਟੀ ਨਾਲ ਨਹੀਂ, ਮੈਂ ਚੈਲੰਜ ਕਰਦਾ ਉਰੇ ਵੀ, ਠੀਕ ਹੈ? ਕਿਸਾਨਾਂ ਦਾ ਪੁੱਤ ਹਾਂ ਮੈਂ ਕਿਸਾਨਾਂ ਦਾ ਪੁੱਤ ਹਾਂ
कोई मेरा पार्टी में जो रोल नहीं, कोई कुछ नहीं, कोई कांग्रेसी नहीं, मैं किसी पार्टी नाल रिलेटर नहीं, नहीं किसी पार्टी नाल नहीं। जे बीजेपी वाले एक मिनट जी पहला इधर कर लेना सवाल, जेडे बीजेपी वाले हुण भूपेश अग्रवाल ड्रामे करता फिरदा वे कांग्रेसी ने फलाना, यह सिर्फ इन्हू अपना सिक्योरिटी लैण वास्ते है भी मैं सिक्योरिटी लवा। ड्रामेबाजी का पहला भी ड्रामेबाज है, इन्हों का सब तो वड्डा ही टारगेट हुंदा भी असीं कितें जाओ गलत बयानबाजी करो सिक्योरिटी लो। पिछे कुछ बंद ने पिछे भी यही बयानबाजिया कर हरमंदर साहब बारे होर तुम सब जानते हो भी की कुछ है। हाँ जी मैं नाल सीगा उत्थे, कोई डंडे नहीं सीगे, कोई रोडा नहीं सीगा, वीडियो दे विच सारा कुछ क्लीयर हो रहा है। किसानी झंडे साडे हैगे, हुण भी साडे वर्करां कोल हैगे ने, मैं खुद एक वर्कर हाँ, किसान का बेटा, किसान का पुत है किरती का, ठीक है, मेरे को आप जमीन जायदाद है। जे सोच भी पोलीटिकल कह गए मैं डरा देना, नहीं डरा सकते, मैं हूं भी कहना गल यह है जे पोलीटिकल बंदा हुआ सब तो पहला किसान है, पोलीटिकल बंद वाला की प्रॉब्लम है उल अभी किसान है नहीं, अभी खेती नहीं करते बंद पोलीटिकल बंद विचर रहे हैं जिदे करके बचा रह गया नहीं नुकसान हो जाना सी। बाकी हरियाणा बीजेपी की सरकार है, हरियाणा बीजेपी की सरकार है, उत्थे किन्ना विरोध है तुहानू सब पता है, जबकि बीजेपी की सरकार है सब कुछ तुहानू पता है। यह तो हुण यूट्यूब से हर एक बंदा खोलो हाथ फोन ने पता लग जाता भी कितने की है। नारेबाजी भी करता गया जो उस दावे उर्द दो डिंगा पट के दिखावे, जो दावे दो डिंगा पट के दिखावे कह के आज जिथे टाइम रखना जो किसानों बदनाम कर लगे हुए पार्टी वाले हो रहा है, कोई पार्टी वाले नहीं, असीं किसानों के पुत्त हैं, सानू अग लगती है जब साडे बच्चों का फ्यूचर देखते हैं, साडा सारा कुछ खत्म हो रहा, बर्बाद हो रहा सारा कुछ, साडे पल्ले छड्या गया। तुसीं खुद भाई जी पेट्रोल पाने हो, डीजल पाने हो, 2014 च की सीगा अज की है, तुसीं आप पत्रकार सारे जानते हो। उस तों बाद अज तेल का की रेट है सरों के, उस तों बाद अपना जिहड़ा सिलंडर का रेट देख लो, होर चीज़ों का देख लो की रेट है। अज आप सारे परिवार वरतदे हां, सारे परिवार दीआं चीज़ां सानू जरूरी ने।